जी तुम वेख रहे हो चैनल सांझा पंजाब ते मैं थोड़ी अपनी होस्ट दोस्त रवि मिन्हास एक बार फिर थोड़ा चैनल से स्वागत कर रही हूँ। जिदा कि अजकल सारे ब्रैम्पटन वासी बहुत ही ज़्यादा इस चीज़ लिए कंसर्न हुए हैं कि साढ़े एरिए दिन प्रतिदिन क्राइम आ जिहड़ा वो बहुत ज़्यादा बढ़ गया होया आ। सेफ्टी नूं लैके हर कोई बहुत ही चिंता च आ। सो इसे एक बहुत ही भक्ते मुद्दे पर अज गलबात करने लिए असी अपने स्टूडियो दे विच जोतविंदर सोधी जी नूं आमंत्रित किया है जिहड़े कि साढ़े सेफ्टी नूं लैके इस मुद्दे पर गलबात करनगे। तो इन पुलिस का या साड़ियाँ लोकल गवर्नमेंट्स का की रोल है वो बारे भी वो खुल के साथ गल करनगे। तो होर भी कुछ इस तरह के नाल रलते मिलते कुछ होर मसले ने जिन्हों उत्ते सानू जानकारी देंगे। सो ज़्यादा टाइम ना लेंदे हुए आओ उन्हां दा स्वागत करते हैं। सत श्री अकाल जोतविंदर जी। हाउ आर यू? सत श्री अकाल रवि जी, बहुत वधिया। अनदर डे, अनदर डे। I hope today is the safe day and a peaceful day. Yeah, on the way Mayfield te bhi traffic ji construction ho rahi hai. Fir Castlemore te bhi, Humber Road te bhi, te Brandon City kehndi sa koi paise hai nahi. To fir fund kithu aa rahe hain ji? These some of the projects hai, main kehnda sare te idda hi ward sa tar se construction ho rahi hai, kithe ho rahi hai. Kuch project hold te paaye ja sakde si in order to save the funding for other priorities. ठीक है। Rather than अपा taxpayers ने भी ज़्यादा tax देना पड़ रहा है, ते plus जिधर है federal ते provincial कोड भी हाथ डी रखने हैं। थोड़े ये self control भी होना चाहिए था साड़े दे बेचे, ते expenses दे बेचे। दूसरे पासे चाहे safe city neighborhood watch है, उन्होंने पिछले साल 1.5 लाख डॉलर grant दी थी। ते safety ते काम की किताब महल साहब दर्शन के ते council दर्शन के इन्होंने यूनिवर्सली बिना tender तो 1.5 लाख दिता सी। ਡੈਲੀਗੇਸ਼ਨ ਲੈ ਕੇ ਬ੍ਰੈਂਪਟਨ ਸਿਟੀ ਚ ਸੈਪਟੰਬਰ ਦੇ ਵਿੱਚ ਦੋ ਡੈਲੀਗੇਸ਼ਨ ਦੇਣੇ ਆ, ਇੱਕ ਰੋਡ ਐਂਡ ਪਬਲਿਕ ਸੇਫਟੀ ਤੇ, ਤੇ ਦੂਜਾ ਸਾਡਾ ਡੈਲੀਗੇਸ਼ਨ ਜਿਹੜਾ ਹੋਏਗਾ ਉਹ ਹੋਏਗਾ ਆਪਣਾ ਅਫੋਰਡੇਬਲ ਹਾਊਸਿੰਗ ਜਾਂ ਬੇਸਮੈਂਟ ਡਿਪਾਰਟਮੈਂਟ ਲੀਗਲਾਈਜੇਸ਼ਨ ਦਾ। ਉਹਦਾ ਪ੍ਰੋਸੈਸ ਨੂੰ ਕਿਵੇਂ ਸਿੰਪਲੀਫਾਈ ਕੀਤਾ ਜਾਵੇ, ਕਿਵੇਂ ਇਹਦੇ ਤੋਂ ਸਾਡੇ ਬਹੁਤੇ ਭੈਣ ਭਰਾ ਜਿਹੜੇ ਹੈਗੇ ਆ ਰੈਜੀਡੈਂਸ ਲਾਭ ਉਠਾ ਸਕਣ, ਤੇ ਅਫੋਰਡੇਬਲ ਹਾਊਸਿੰਗ ਦੇ ਵਿੱਚ ਥੋੜ੍ਹੀ ਜਿਹੀ ਨਵੀਂ ਜਿਹੜੀ ਹੈ ਐਡ ਹੋਏਗੀ ਤਾਂ ਹੋ ਸਕਦਾ ਉਹਦੇ ਨਾਲ ਰੈਂਟ 'ਤੇ ਵੀ ਫਰਕ ਪਵੇ। ਗੋਇੰਗ ਬੈਕ ਅਗੇਨ ਟੂ ਸੇਫਟੀ ਵਿਚ ਇਜ਼ ਅ ਮੇਜਰ ਕੰਸਰਨ, ਮੈਂ ਥੋੜ੍ਹੇ ਜਿਹੇ ਇੰਸੀਡੈਂਟ ਦੱਸਦਾ। ਬ੍ਰੈਂਪਟਨ ਦੇ ਵਿੱਚ 24 ਜੁਲਾਈ ਨੂੰ ਜੀ 5 men ਹੈਵ ਬੀਨ ਅਰੈਸਟਡ ਇਨ ਰਿਲੇਟਡ ਟੂ ਅਸਾਲਟ ਇਨਵੋਲਵਿੰਗ ਸਟਿਕ ਐਂਡ ਕ੍ਰਿਕਟ ਬੈਟਸ। 27 ਜੁਲਾਈ ਨੂੰ ਫਿਰ ਪੀਪਲ ਇੰਜਰਡ ਆਫਟਰ ਬੀਇੰਗ ਸ਼ੋਟ ਆਊਟਸਾਈਡ ਦ ਬ੍ਰੈਂਪਟਨ ਹੋਮ। ਫਿਰ ਵੂਮਨ ਡੈਡ ਇਨ ਮੈਨ ਔਨ 28 ਨੂੰ, ਫਿਰ 31 ਤਰੀਕ ਨੂੰ ਪੀਪਲਿਸ ਇਨਵੈਸਟੀਗੇਸ਼ਨ ਆਫਟਰ ਬਾਡੀ ਫਾਊਂਡ ਰਾਈਟ, 2 men ਸੈਂਟ ਟੂ ਹਸਪੀਟਲ ਆਫਟਰ ਡਬਲ ਸਟੈਬਿੰਗ ਔਨ ਅਗਸਟ 4, ਅਗਸਟ 6 ਨੂੰ ਬ੍ਰੈਂਪਟਨ ਗੈਸ ਸਟੇਸ਼ਨ ਦੀ ਰੌਬਰੀ ਹੋਈ ਇੱਥੇ ਮੇਫੀਲਡ ਦੇ ਏਅਰਪੋਰਟ ਰੋਡ ਤੇ ਬਿਲਕੁਲ ਸਾਡੇ ਘਰ ਦੇ ਬਿਲਕੁਲ ਨੇੜੇ, ਹਾਂਜੀ ਅਗਸਟ 13 ਨੂੰ ਫਿਰ ਆਪਾਂ ਕਹਿੰਦੇ 26 ਓਲਡ ਮੋਟਰਸਾਈਕਲ ਡੈਡ ਰਾਈਟ, ਮੈਨ ਡੈਡ ਇਨ ਆਫਟਰ ਬੀਇੰਗ ਫਾਊਂਡ ਓਬਵੀਅਸ ਸਾਈਨਸ ਇਨ ਟਰੋਮਾ ਰਾਈਟ ਔਨ ਅਗਸਟ 13, ਅਗਸਟ 13 ਨੂੰ ਵੂਮਨ ਹੈਜ਼ ਡਾਈਡ ਆਫਟਰ ਬੀਇੰਗ ਫਾਊਂਡ ਇਨ ਅ ਗਰਾਜ ਜਿਹੜੇ ਆਪਣੇ ਸ਼ਰਮਾ ਜੀ ਦੇ, ਹਾਂਜੀ ਹਰਿਮੰਦਰ ਦੇ ਜਿਹੜੇ ਆਪਣੇ ਪੁਜਾਰੀ ਸੀਗੇ ਉਹਨਾਂ ਦੇ, ਹਨਾ ਜੀ, ਚਵਰੀ ਟ੍ਰੈਜੀ। ਤੇ ਫਿਰ ਅਗਸਤ 14 ਨੂੰ ਫਿਰ 16 ਈਅਰ ਬੋਏ ਓਲਡ ਬੋਏ ਹੈਜ਼ ਬੀਨ ਚਾਰਜਡ ਵਿਦ ਅ ਸੈਕੰਡ ਡਿਗਰੀ ਮਰਡਰ, ਫਿਰ ਅਗਸਤ ਪੀਰ ਪੁਲਿਸ ਆਫੀਸਰ 13 ਈਅਰ ਓਲਡ ਚਾਰਜ ਫਾਰ ਫਰਾਡ ਰਾਈਟ, ਸਪਟੰਬਰ ਟ੍ਰਿਪਲ ਸ਼ੂਟਿੰਗ ਸਤੰਬਰ 1 ਨੂੰ, ਤੇ ਸਤੰਬਰ 1 ਨੂੰ ਇਹ 12 ਈਅਰ ਓਲਡ ਬੋਏ ਤੇ ਹੈ ਵਾਸ ਕਾਟ ਬਾਏ ਟੋਰਾਂਟੋ ਪੁਲਿਸ ਰਾਈਟ। ਤੇ ਉਸ ਤੋਂ ਬਾਅਦ ਡੇ ਲਾਈਟ ਰੋਬਰੀ ਜਿਹੜੀ ਆ 1 ਸਤੰਬਰ ਨੂੰ ਹੋਈ ਜਿਹੜੀ ਕਾਰ ਜਿਹੜੀ ਆ ਗਾਰਡਨ ਬਰੁੱਕ ਟ੍ਰੇਲ ਤੇ, ਹਾਂਜੀ, ਕੈਸਲਮੋਰ ਦੇ ਸਾਊਥ ਚ ਜਿਹੜਾ ਹੈਗਾ ਇਹ ਟ੍ਰੇਲ ਸਟਰੀਟ ਆ ਸਕੂਲ ਦੇ ਨੇੜੇ ਆ। ਤੁਸੀਂ ਇਹ ਦੇਖੋ ਵੀ ਡਰਾਈਵੇ ਦੇ ਵਿੱਚੋਂ ਜਿਹੜੀ ਸਮਾਨ ਕੱਢ ਰਹੀ ਉੱਥੇ ਬੱਚਾ ਵੀ ਹੋ ਸਕਦਾ ਸੀ ਉਹਦੇ ਵਿੱਚ, ਤੇ ਉਸ ਲੇਡੀ ਨੂੰ ਜਿਸ ਤਰ੍ਹਾਂ ਉਹਨੇ ਪਟ ਕੇ ਆ ਉਹ ਕੁਡ ਬੀ ਮੇਜਰ ਇੰਜਰੀ, ਤੇ ਨਾਈਫ ਲੈ ਕੇ ਪਿੱਛੇ ਪਏ ਆ ਸ਼ਰੇਆਮ ਡਰਾਈਵੇ ਚੋਂ ਲੈ ਕੇ। ਪਿਛਲੀ ਵਾਰੀ ਆਪਾਂ ਗੱਲ ਕੀਤੀ ਸੀ 4 angels lost their life ਜਦੋਂ ਪੁਲਿਸ ਚੇਸ ਕਰ ਰਹੀ ਸੀ ਕਿਸੇ ਰੋਡ ਵਾਇਲੇਸ਼ਨ ਵਾਲੇ ਨੌਜਵਾਨ ਮੁੰਡੇ ਨੂੰ, ਇਹ ਜਾਸ ਚੌਧਰੀ ਦਾ ਮਾਰਟਨ ਦੇ ਕੇਸ ਆਪਾਂ ਤੁਹਾਡੇ ਪ੍ਰੋਗਰਾਮ ਵਿੱਚ ਡਿਸਕਸ ਕੀਤਾ ਸੀ। ਆਪਾਂ ਭੁੱਲਦੇ ਜਾ ਰਹੇ ਹਾਂ, ਨਵੀਂ ਲਿਸਟ ਇੰਨੀ ਲੰਬੀ ਹੋ ਗਈ ਕਿ ਅਸੀਂ ਪੁਰਾਣੀ ਭੁੱਲ ਜਾਂਦੇ ਹਾਂ। ਇਹੀ ਸਾਡੇ ਪੋਲੀਟੀਸ਼ੀਅਨ ਚਾਹੁੰਦੇ ਨੇ, ਉਹ ਕਹਿੰਦੇ ਨੇ ਤੁਸੀਂ ਭੁੱਲਦੇ ਜਾਓ, ਅਸੀਂ ਨਵੇਂ ਇੰਸੀਡੈਂਟ ਨਵੀਆਂ ਚੀਜ਼ਾਂ ਤੁਹਾਨੂੰ ਦੇਈ ਜਾਵਾਂਗੇ।
हाँ लॉलीपॉप्स यस, कोई इंटरनेशनल डे, कोई नेशनल डे, कोई एदा फ्लैग, कोई ओदा फ्लैग, या लोगों के बर्थडे पार्टिया से ब्याह से जाते हैं, राइट, यू गो, यू आर अ सोशल पोलिटिकली एक्टिव, फाइन, बट सेम टाइम जो थोड़ी असाइन टास्क साढ़े चाहे वह ब्रैम्पटन है, चाहे मिसिसागा, चाहे वह कैलटन, तीनों मेयर जो है पुलिस बोर्ड बैठते हैं, तो जे पुलिस की नवे अपने पुलिस चीफ रखे हैं, मेयर साहब के बड़े प्रैफर्ड है अपने ब्रैम्पटन के मेयर, ही इज़ वेरी मच हाई ऑन हिम, हिज शाबाशी जी बहुत देंगे ने, तो हाल की है पुलिस की जोर जरा लगे वा या टिकटा देने, या कह लो भी जिमें डेविड मैजनी मैजन जोड़ा है इन्होंने रैबल मीडिया को अपार्ट फ्रॉम कि मीडिया उन्होंने जो उन्होंने मास्क तो बिना उन्होंने for this reason ਉਥੇ ਗੇਮ ਖੇਡਦੇ ਸੀ ਕੀ ਹੁੰਦਾ ਸੀ ਪਬਲਿਕ ਨੋਸ ਕਵਰ ਅਪਸ ਬਹੁਤ ਹੁੰਦੇ ਨੇ ਬਟ ਤੁਸੀਂ ਲੋਕਾਂ ਦੇ ਸਾਹਮਣੇ ਜੇ ਤੁਸੀਂ ਐਜ਼ ਐਗਜ਼ਾਮਪਲ ਬਣ ਕੇ ਕਹਿੰਦੇ ਵੀ ਆ ਓਵਰਸਾਈਟ ਆ ਆ ਲਓ $833 ਦੀ ਟਿਕਟ ਭਰਤੀ ਡਨ ਇਟ ਕੁਡ ਹੈਵ ਬੀਨ ਅ ਗੁੱਡ ਐਗਜ਼ਾਮਪਲ ਟੋਰਾਂਟੋ ਦੇ ਮੇਅਰ ਵੀ ਹੀ ਕਾਟ ਇਨ ਵਿਦਆਊਟ ਮਾਸਕ ਰਾਈਟ ਪਿਕਚਰ ਅਖਬਾਰਾਂ ਛੱਪੀ ਸੀ ਬਟ ਵਟ ਹੀ ਡਿਡ ਇਜ਼ ਹੀ ਅਪੋਲੋਜਾਈਜ਼ ਨੈਕਸਟ ਡੇ ਕਿਸੇ ਨੇ ਦੁਬਾਰਾ ਗੱਲ ਨਹੀਂ ਕੀਤੀ I think Doug Ford only week where he guys he caught in the which for the water leakage or something there had an issue. But people admit and move forward. ਇੱਥੇ ਕੀ ਕੀਤਾ ਡੇਵਿਡ ਮੈਂਜ਼ੀਸ ਨੂੰ ਫੜਨ ਵਾਸਤੇ ਪੁਲਿਸ ਲਾ ਦਿੱਤੀ ਸੀ ਹੁਣ ਪੀਲ ਪੁਲਿਸ ਤਾਂ ਇਹਨਾਂ ਕਮਾਂ 'ਚ ਰੋਜੀ ਵੀ ਆ ਫਿਰ ਅਸੀਂ ਅਸੀਂ ਲੋਕ ਕਿੱਥੇ ਸੇਫ ਹਾਂ ਸੇਫ ਤੁਸੀਂ ਪ੍ਰਾਇਰਟੀਜ਼ ਚੇਂਜ ਕਰਤੀ ਆ ਕਿ ਜੀ ਤੁਸੀਂ ਬਸ ਆਹੀ ਬੰਦੇ ਨੂੰ ਚੇਸ ਕਰੋ ਫਿਰ ਪਬਲਿਕ ਸੇਫਟੀ ਕਿੱਥੇ ਗਈ ਫਿਰ ਡਾਊਨਟਾਊਨ ਦੇ ਇੱਕ ਹੈਗਾ ਪ੍ਰਾਇਮਰੀ ਸਿਟੀ ਸੈਂਟਰ ਕੋਲ ਪੁਲਿਸ ਸਟੇਸ਼ਨ ਇੱਕ ਹਰੰਡਾਰੀਓ ਸਟਰੀਟ 'ਤੇ ਹੈ ਇੱਕ ਹੈਗਾ ਪੁਲਿਸ ਸਟੇਸ਼ਨ ਆਪਣਾ ਡਾਊਨਟਾਊਨ ਦੇ ਵਿੱਚ ਰੀਸੈਂਟਲੀ ਬਣਿਆ ਇਹ ਤਾਂ ਇੱਕ ਜੋਤਿੰਦਰ ਜੀ ਸੌਰੀ ਤੁਹਾਨੂੰ ਡਿਸਟਰਬ ਕਰਦੀ ਹੈ ਜਾਂ ਬਿਲਕੁਲ ਇਹ ਮੁੱਦਾ ਵੀ ਆਇਆ ਹੈਗਾ ਲੋਕਾਂ ਮੋੜੇ ਕਿ ਬਿਲਕੁਲ ਇੱਕ ਕਿਲੋਮੀਟਰ 'ਤੇ ਆਲਰੇਡੀ ਇੱਕ ਪੁਲਿਸ ਸਟੇਸ਼ਨ ਸੀਗਾ ਤਾਂ ਦੂਜਾ ਪੁਲਿਸ ਸਟੇਸ਼ਨ ਖੋਲ੍ਹਣ ਦੀ ਕੀ ਲੋੜ ਪੈ ਗਈ ਸੀ ਅਤੇ ਜੇ ਉਹਨਾਂ ਨੇ ਇਸ ਨੂੰ ਇਸ ਚੀਜ਼ ਲਈ ਰੱਖਿਆ ਆ ਕਿ ਕ੍ਰਾਈਮ ਵੱਧ ਗਿਆ ਆ ਤਾਂ ਸੇਫਟੀ ਲਈ ਹੋਰ ਪੁਲਿਸ ਦੀ ਲੋੜ ਆ ਤੇ ਤੁਹਾਨੂੰ ਲੱਗਦਾ ਆ ਵੀ ਉੱਥੇ ਕੁਝ ਹੋ ਰਿਹਾ ਆ ਇਸ ਦੇਖੋ ਜੇ ਆਪਾਂ ਦੇਖੀਏ ਡਾਊਨਟਾਊਨ ਅਸੀਂ ਨਹੀਂ ਕਹਿੰਦੇ ਵੀ ਉੱਥੇ ਲੋੜ ਨਹੀਂ ਹੋਣੀ ਬਟ ਜੇ ਤੁਸੀਂ ਦੇਖੋ ਵੀ ਬ੍ਰੈਮਟਨ ਜਿਹੜਾ ਬ੍ਰੈਮਲੀ ਸਿਟੀ ਸੈਂਟਰ ਤੋਂ ਜਿਹੜਾ ਮੇਫੀਲਡ ਐਂਡ ਹਾਈਵੇ 50 ਹੈ 19 ਕਿਲੋਮੀਟਰ ਹੈ ਆਮ ਡੈਲੀਗੇਸ਼ਨ ਦਾ ਪਾਰਟ ਹੈ 19 ਕਿਲੋਮੀਟਰ ਹੈ ਤੇ ਬ੍ਰੈਮਲੀ ਤੋਂ ਉਹ 6 ਕਿਲੋਮੀਟਰ ਦੱਸ ਰਹੇ ਆ ਡਾਊਨਟਾਊਨ ਰਾਈਟ ਤੇ ਹਰੰਡਾਰੀਓ ਵੀ ਉੱਥੇ ਨੇੜੇ ਹੈ ਹਾਂ ਤੇ ਜਿਹੜਾ ਮੇਨ ਹੈਡ ਆਫਿਸ ਹੈ ਉਹਨਾਂ ਦਾ ਹੈਵਿੰਗ ਸੈਟ ਦੈਟ ਤੇ ਫਿਰ ਇੱਦਾਂ ਹੀ ਵਿਨਸਨ ਚਰਚਿਲ ਤੇ ਮੇਫੀਲਡ ਜਿਹੜਾ ਹੈਗਾ ਉਹ ਦੂਜਾ ਪੁੰਜਾ ਬ੍ਰੈਮਟਨ ਦੀ ਵੈਸਟ ਸਾਈਡ ਤੇ ਕੀ ਅਸੀਂ ਟੈਕਸ ਨਹੀਂ ਦਿੰਦੇ ਜਿਹੜੇ ਬ੍ਰੈਮਟਨ ਵੈਸਟ ਰਹਿੰਦੇ ਆ ਜਾਂ ਈਸਟ 'ਚ ਰਹਿੰਦੇ ਆ ਕੀ ਅਸੀਂ ਕੋਈ ਇਸ ਵਿੱਚ ਕੰਟਰੀਬਿਊਸ਼ਨ ਨਹੀਂ ਕਰ ਰਹੇ ਰਾਦਰ ਜਿਹੜੇ ਟੈਕਸਿਸ ਹੈ ਇਨ ਜਨਰਲ ਜਿਹੜੇ ਨਵੇਂ ਘਰ ਨੇ ਉਹਦੀ ਵੈਲਿਊਏਸ਼ਨ ਦੇ ਹਿਸਾਬ ਨਾਲ ਉਹ ਜ਼ਿਆਦਾ ਨੇ ਜਿਹੜੇ ਪੁਰਾਣੇ ਘਰ ਨੇ ਬੜੀ ਸਲੋਲੀ ਡਿਵੈਲਪ ਹੋ ਰਹੇ ਆ ਦ ਵੇ ਦ ਸਿਸਟਮ ਰਾਈਟ ਸੇਮ ਸਾਈਜ਼ ਦਾ ਘਰ ਹੈ ਉਹ ਜਿਹੜਾ ਬ੍ਰੈਮਟਨ ਈਸਟ ਦੇ ਵਿੱਚ ਹੈ ਦੇ ਆਰ ਕੰਟਰੀਬਿਊਟਿੰਗ ਮੋਰ ਟੈਕਸਿਸ ਫਿਰ ਮੇਫੀਲਡ ਦੇ ਉੱਤੇ ਸਨ ਮੈਨੂੰ 4 ਸਾਲ ਹੋ ਗਏ ਆਪ ਨੂੰ ਰੌਲਾ ਪਾਉਂਦੇ ਨੂੰ ਭਾਈ ਰੱਬ ਦੇ ਵਾਸਤੇ ਤੁਸੀਂ ਇੱਥੇ ਹੁਣ ਕੈਮਰੇ ਲੱਗ ਰਹੇ ਆ ਲੋਕਲ ਰੋਡ ਦੇ ਉੱਤੇ ਹਾਈਵੇ 50 ਤੇ ਕਿਉਂ ਨਹੀਂ ਕੈਮਰਾ ਲੱਗਿਆ ਜੀ ਜਿੱਥੇ ਕਿੰਨੀਆਂ ਜਾਨਾਂ ਗਈਆਂ ਨੇ ਜਿੱਥੇ ਰੋਜ਼ ਐਕਸੀਡੈਂਟ ਹੋ ਰਿਹਾ ਮੇਫੀਲਡ ਦਾ ਸੇਮ ਥਿੰਗ ਕਿਉਂ ਨਹੀਂ ਤੁਸੀਂ ਜਿਹੜੀ ਆ ਆਪਣਾ ਹੈਵੀ ਟ੍ਰੈਫਿਕ ਆ ਮੇਫੀਲਡ ਤੋਂ ਕਿੰਗ ਤੇ ਲੈ ਕੇ ਜਾਂਦੇ ਕਿਉਂਕਿ ਕੈਲਡਨ ਵੀ ਡਿਵੈਲਪ ਹੋ ਰਹੇ ਆ ਫਾਸਟ ਬ੍ਰੈਮਟਨ ਵੀ ਈਸਟ ਸਾਈਡ ਵੈਸਟ ਸਾਈਡ ਕੰਪਲੀਟਲੀ ਕਿਉਂਕਿ ਬ੍ਰੈਮਟਨ ਇਜ਼ ਅ ਹਾਊਸ ਆਫ ਹਾਊਸਿੰਗ it's not a house of industry business growth it's no. a house of houses it's yeah. a house of houses you got it you got the correct word so what happened tusi drive karo jara brampton ya mountbridge te je tusi canada dekhoge industry business simultaneously mississauga industry business simultaneously one industry business simultaneously jadon si brampton ch kehne added out mere ghar de bahar added out weed hai last year main photo pai si aisa feel hui hai right do you have an excuse No. no, it's a flower city. it's a flower city. And today, priorities ki hai? Social events, social gathering, chande chalao, ya tusi lokan de events attend karo. Jehda thoda parliamentarian role hai, je tusi Brampton apna police board ch baith rahe ho, tusi Peel region ch baith rahe ho, utthe tusi local masle leke jao. Police di accountability, I'm not saying ki police is not working, par kite na kite gap ta hai ga na. ਅਸੀਂ ਲੋਕ ਜੇ ਅਸੀਂ ਕਿਤੇ ਹਾਈਲਾਈਟ ਕਰਦੇ ਹਾਂ ਹੁਣ ਮੈਂ ਇੱਕ ਵੀਡੀਓ ਪਾਈ ਸੀਗੀ ਜਿਹੜੀ ਗਾਰਡਨ ਬਰੁੱਕ ਟ੍ਰੇਲ ਵਾਲੀ ਉਹ 2 ਦਿਨਾਂ ਦੇ ਵਿੱਚ ਤਕਰੀਬਨ 26,000 ਤੋਂ ਉੱਪਰ ਵੀਡੀਓ ਜਿਹੜੀ ਮੈਂ ਸ਼ੇਅਰ ਕੀਤੀ ਹੈ ਉਹਦਾ ਵਿਊਜ਼ ਹੈ
460-65 ਹੋਈ ਹੈ ਵੀਡੀਓ ਸ਼ੇਅਰ ਸੋ ਦੈਟ ਸ਼ੇਅਰ ਹੋਈ ਹੈ ਦੈਟ ਮੀਨਸ ਦਿਸ ਇਜ਼ ਅ ਕਨਸਰਨ ਰੈਜ਼ੀਡੈਂਟਸ ਆਰ ਫੇਸਿੰਗ ਐਵਰੀ ਡੇ ਇਹ ਤਾਂ ਮੈਂ ਤੁਹਾਨੂੰ ਹਾਈਲਾਈਟਸ ਦਿੱਤੀਆਂ ਕਿੰਨੇ ਇੰਸੀਡੈਂਟ ਜਿਹੜੇ ਰਿਕਾਰਡ ਨਹੀਂ ਤੇ ਕਿੰਨੇ ਇੰਸੀਡੈਂਟ ਪੁਲਿਸ ਤਿੰਨ ਤਿੰਨ ਦਿਨ ਜਾਂਦੇ ਨਹੀਂ ਕਿੰਨੇ ਇੰਸੀਡੈਂਟ ਪੁਲਿਸ ਕਹਿ ਦਿੰਦੀ ਹੈ ਤੁਸੀਂ ਜੀ ਇੰਸ਼ੋਰੈਂਸ ਨੂੰ ਅਪਰੋਚ ਕਰੋ ਦਿਸ ਇਜ਼ ਅ ਮਾਈਨਰ ਤੁਸੀਂ ਐਕਸੀਡੈਂਟ ਹੋ ਜਾਏ ਤੁਹਾਡਾ ਕੁਛ ਹੋ ਜਾਏ ਇਹ ਮਾਈਨਰ ਨਹੀਂ ਪਰ ਜੋਤਵਿੰਦਰ ਜੀ ਸੋਚਣ ਦੀ ਗੱਲ ਇਹ ਹੈ ਵੀ ਇਹ ਜਿਹੜੇ ਕ੍ਰਾਈਮ ਨੇ ਇਹ ਪਰਟੀਕੂਲਰ ਜੇ ਇਹਨਾਂ ਦਿਨਾਂ ਦੇ ਵਿੱਚ ਕਿਉਂ ਵੱਧ ਗਏ ਨੇ ਕੋਈ ਰੀਜ਼ਨ ਖਾਸ ਕਿਉਂਕਿ ਪਹਿਲਾਂ ਤੇ ਇਹ ਜਿਹੀਆਂ ਖਬਰਾਂ ਕਦੇ ਕਦੇ ਸੁਣਨ ਨੂੰ ਮਿਲਦੀਆਂ ਸੀ ਬਟ ਹੁਣ ਤੇ ਰੋਜ਼ ਹੀ ਹੁੰਦੀਆਂ ਨੇ ਵੀ ਅੰਡਰਸਟੈਂਡ ਕਿ ਕ੍ਰਾਈਮ ਇਨ ਜਨਰਲ ਵਧਿਆ ਉਹਦੇ ਵਿੱਚ ਦੋ ਚੀਜ਼ਾਂ ਨੇ ਇੱਕ ਤਾਂ ਜਿਹੜੀ ਕਿਸੇ ਵੀ ਸ਼ਹਿਰ ਦੀ ਹੈ ਓ ਪੀ ਪੀ ਓਨਟਾਰੀਓ ਦੇ ਅੰਡਰ ਆਉਂਦੀ ਹੈ ਪੀਲ ਪੁਲਿਸ ਜਿਹੜੀ ਹੈ ਆਪਣੀ ਪੀਲ ਦੇ ਅੰਡਰ ਆਉਂਦੀ ਹੈ ਅਤੇ ਬੈਂਪਟਨ ਅਤੇ ਮਿਸੀਸਾਗਾ ਅਤੇ ਕੈਲਡਨ ਦਾ ਇੱਕ ਕੈਲਡਨ ਹਾਲਾਂਕਿ ਓ ਪੀ ਪੀ ਯੂਜ਼ ਕਰਦਾ ਪਰ ਬੈਂਪਟਨ ਅਤੇ ਮਿਸੀਸਾਗਾ ਤਾਂ ਯੂਜ਼ ਕਰ ਰਹੇ ਹਨ ਪੀਲ ਪੁਲਿਸ ਦੀ ਸਰਵਿਸਿਸ ਸੋ ਉਹ ਹੋ ਗਿਆ ਉਸਦੇ ਬਾਵਜੂਦ ਇੱਕ ਦੂਜਾ ਗੱਲ ਹੈ ਪਨਿਸ਼ਮੈਂਟ ਸਟ੍ਰਿਕਟ ਨਹੀਂ ਹੈਗੀ ਇੱਥੇ ਮੈਂ ਥੋੜ੍ਹਾ ਜਿਹਾ ਕਹਿੰਦਾ ਜੇ ਪੁਲਿਸ ਵਾਲੇ ਹਿੰਮਤ ਕਰਕੇ ਫੜ ਵੀ ਲੈਂਦੇ ਆ ਕੇਸ ਰਿਜ਼ੋਲਵ ਕਰਦੇ ਨੇ ਤਾਂ ਉੱਥੇ ਜਾ ਕੇ ਉਹ ਕੋਰਟ ਜਸਟਿਸ ਸਿਸਟਮ ਦੇ ਵਿੱਚੋਂ ਨਿਕਲ ਜਾਂਦਾ ਚਾਹੇ ਉਹ ਅੰਡਰ ਏਜ ਕਹਿ ਲਓ 16 ਈਅਰਸ ਓਲਡ ਯੰਗ ਕਿਡ ਜਦੋਂ ਇੱਕ ਬੰਦੇ ਨੂੰ ਇਨਸਾਨ ਦੀ ਜਾਨ ਹੀ ਲੈ ਗਈ ਹੈ ਜਦੋਂ ਤੱਕ ਸਟ੍ਰਿਕਟ ਲਾਜ਼ ਨਹੀਂ ਹੋਣਗੇ ਜਿਹੜੇ ਫੈਡਰਲ ਲੈਵਲ 'ਤੇ ਸਾਡੇ ਜਿਹੜੇ ਐਮ ਪੀਜ਼ ਹੈ ਪੰਜ ਮੈਂ ਉਹਨਾਂ ਨੂੰ ਵੀ ਤੁਹਾਡੇ ਮਾਧਿਅਮ ਰਾਹੀਂ ਬੰਦ ਬੇਨਤੀ ਕਰਦਾ ਵੀ ਵੋਟਾਂ ਲੈ ਕੇ ਤੁਸੀਂ 2-2 ਲੱਖ ਤਨਖਾਹ ਲੈ ਰਹੇ ਹੋ 5 ਲੱਖ ਦੇ ਕਰੀਬ ਤੁਹਾਡੇ ਸਟਾਫ ਦਾ ਖਰਚਾ ਹੈ ਤੁਸੀਂ ਲੋਕਾਂ ਦੀ ਜਾਨ ਦੀ ਕਦਰ ਹੀ ਨਹੀਂ ਪਾ ਰਹੇ ਤੁਸੀਂ ਸਾਡੀਆਂ ਈਮੇਲਾਂ ਦਾ ਜਵਾਬ ਨਹੀਂ ਦਿੰਦੇ ਦੈਟਸ ਈਜ਼ੀ ਐਕਸਕਿਊਜ਼ ਕਿ ਤੁਸੀਂ ਕਿਉਂ ਨਹੀਂ ਜਵਾਬ ਦਿੰਦੇ ਲਿਖ ਕੇ ਦਿਓ ਕਿ ਤੁਸੀਂ ਕੀ ਕੀਤਾ ਐਜ਼ ਐਨ ਪਾਰਲੀਮੈਂਟੇਰੀਅਨ ਤੁਸੀਂ ਪਾਰਲੀਮੈਂਟ 'ਚ ਕਦੋਂ ਬੋਲਦੇ ਹੋ ਇਸ ਇਸ਼ੂ 'ਤੇ ਕਦੋਂ ਤੁਸੀਂ ਕਿਹਾ ਕਿ ਸਾਡੇ ਬ੍ਰੈਂਪਟਨ ਦੇ ਵਿੱਚ ਪ੍ਰੋਬਲਮ ਚੱਲ ਰਹੀ ਹੈ ਸਾਨੂੰ ਫੰਡਿੰਗ ਦਿਓ ਜਾਂ ਸਾਡੇ ਬ੍ਰੈਂਪਟਨ ਦੇ ਵਿੱਚ ਕੋਈ ਵੀ ਗੌਰਮੈਂਟ ਦਾ ਫੈਡਰਲ ਗੌਰਮੈਂਟ ਦਾ ਕੋਈ ਆਫਿਸ ਨਹੀਂ ਹੈਗਾ ਸਾਨੂੰ ਇਹਦੇ ਵਾਸਤੇ ਤੁਸੀਂ ਫੰਡਿੰਗ ਦਿਓ ਜਾਂ ਕੋਈ ਇੱਥੇ ਰਿਸਰਚ ਸੈਂਟਰ ਬਣਾਓ ਕੋਈ ਡਿਵੈਲਪਮੈਂਟ ਸੈਂਟਰ ਬਣਾਓ ਕੋਈ ਬਿਜ਼ਨਸ ਕੋਈ ਅਪਰਚੁਨਿਟੀਜ਼ ਤਾਂ ਲੈ ਕੇ ਆਓ ਲੋਕਾਂ ਵਾਸਤੇ ਹੋਊਗਾ ਕਿ ਅਮੀਰ ਤੇ ਗਰੀਬ ਦਾ ਗੈਪ ਵੱਧਦਾ ਚਲਿਆ ਜਾਣਾ ਜੋ ਅਸੀਂ ਥਰਡ ਵਰਲਡ ਕੰਟਰੀ 'ਚ ਜਿੱਥੋਂ ਆਈ ਡੋਂਟ ਵਾਂਟ ਟੂ ਸੇ ਦੈਟ ਜਿੱਥੋਂ ਅਸੀਂ ਆਏ ਹਾਂ ਉੱਥੇ ਵੀ ਇਹ ਥੋੜ੍ਹਾ ਜਿਹਾ ਗੈਪ ਜ਼ਿਆਦਾ ਸੀ ਜਿਹਦੇ ਕੋਲ ਹੁਣ ਦੇਖੋ ਮੈਂ ਕੰਮ ਕਰ ਰਿਹਾ ਮੇਰੇ ਬੱਚਿਆਂ ਨੂੰ ਜੋਬ ਨਹੀਂ ਮਿਲੇਗੀ ਕੋਈ ਅਪਰਚੁਨਿਟੀ ਨਹੀਂ ਮਿਲੇਗੀ ਪੜ੍ਹਨ ਤੋਂ ਬਾਅਦ ਵੀ ਨਹੀਂ ਮਿਲੇਗੀ ਕੀ ਕਰਨੀ ਆਵਾਜ਼ ਦਿੰਦੀ ਕਰਨੀ ਘਰੇ ਕਿੰਨੀ ਦੇਰ ਬੰਨ ਕੇ ਬਿਠਾਓਗੇ ਜੇ ਆਪਾਂ ਇੱਕ ਸਿਸਟਮ 'ਚ ਰਹਿ ਕੇ ਉਹਨਾਂ ਨੂੰ ਕੰਮ 'ਤੇ ਇੱਕ ਸਿਸਟਮ 'ਚ ਆਪਾਂ ਢਾਲਾਂਗੇ ਤਾਂ ਪੇਰੈਂਟਸ ਦਾ ਵੀ ਰੋਲ ਹੈਗਾ ਸਾਨੂੰ ਪੇਰੈਂਟਿੰਗ ਜਿਹੜੀ ਹੈ ਉਹਨਾਂ ਨੂੰ ਇੰਗੇਜ ਰੱਖੋ ਉਹਨਾਂ ਨੂੰ ਆਪਣੇ ਨਾਲ ਇਨਵੋਲਵ ਕਰੋ ਅਤੇ ਉਹਨਾਂ ਨਾਲ ਤੁਸੀਂ ਇਨ ਟੱਚ ਰੱਖੋ ਰਾਈਟ ਉਹ ਸਾਰੀਆਂ ਚੀਜ਼ਾਂ ਸਾਡੀਆਂ ਪੇਰੈਂਟ ਮੈਂ ਕਦੇ ਵੀ ਇਹ ਨਹੀਂ ਕਹਿੰਦਾ ਸਾਡਾ ਕਸੂਰ ਨਹੀਂ ਸਾਡਾ ਕਸੂਰ ਹੈ ਕਿ ਅਸੀਂ ਬੈਕ ਬੈਂਚਰਸ ਚੁਣ ਕੇ ਭੇਜਦੇ ਰਹੇ ਲਗਾਤਾਰ ਕੰਟੀਨਿਊਸਲੀ ਡਿਕੇਡ ਆਫਟਰ ਡਿਕੇਡ ਈਅਰ ਆਫਟਰ ਨਹੀਂ ਡਿਕੇਡ ਆਫਟਰ ਡਿਕੇਡ ਅਤੇ ਉਹਦਾ ਗੈਪ ਜਿਹੜਾ ਹੁਣ ਵਾਹਨ ਦੇ ਵਿੱਚ ਤੁਸੀਂ ਦੇਖੋ ਸਫਾਈ ਹੈ ਪਾਰਕਸ ਕਲੀਨ ਨੇ ਰੋਡਸ ਦੇ ਉੱਤੇ ਡਬਲ ਟ੍ਰਿਪਲ ਟ੍ਰੀਜ਼ ਲੱਗੇ ਹੋਏ ਨੇ ਰਾਈਟ ਜਿਹੜੇ ਸਾਈਡ ਵਾਕਸ ਐਵਰੀਥਿੰਗ ਐਲਸ ਇਜ਼ ਕਲੀਨ ਮਾਰਕਮ ਚਲੇ ਜਾਓ ਐਵਰੀਥਿੰਗ ਇੰਡਸਟਰੀ ਬਿਜ਼ਨਸ ਐਂਡ ਲੋਕਾਂ ਦੀ ਖੁਸ਼ਹਾਲੀ ਹੈ ਹਨੀ ਟੋਰਾਂਟੋ ਦੇਖ ਲਓ ਹਰ ਜਗ੍ਹਾ 'ਤੇ ਹੈ ਪਰ ਬ੍ਰੈਂਪਟਨ ਕਿਉਂ ਲੈਕਿੰਗ ਕਰ ਰਿਹਾ ਕਿਤੇ ਨਾ ਕਿਤੇ ਤਾਂ ਕਮੀ ਹੈ ਅਤੇ ਜੇ ਅਸੀਂ ਕਮੀ ਦੀ ਅਸੀਂ ਕਿਤੇ ਹਾਈਲਾਈਟ ਕਰਦੇ ਹਾਂ ਵੀ ਹੈਵ ਨੋ ਪਰਸਨਲ ਗ੍ਰੈਜਸ ਵਿਦ ਐਨੀ ਵਨ ਸਾਡਾ ਕਿਸੇ ਨਾਲ ਪੋਲੀਟੀਕਲ ਡਿਫਰੈਂਸ ਨਹੀਂ ਹੈਗਾ ਕਿਉਂਕਿ ਜਿਹੜਾ ਇਲੈਕਟ ਹੋ ਕੇ ਚੁਣਿਆ ਗਿਆ ਉਹ ਡਜ਼ਨਟ ਮੈਟਰ ਅਸੀਂ ਏ ਪਾਰਟੀ ਨੂੰ ਸਪੋਰਟ ਕੀਤੀ ਜਾਂ ਬੀ ਨੂੰ ਕੀਤੀ ਜਾਂ ਕਿਸੇ ਨੂੰ ਵੋਟ ਪਾਈ ਜਾਂ ਨਹੀਂ ਪਾਈ ਦੇ ਆਰ ਰਿਪ੍ਰੈਜੈਂਟਿੰਗ ਆਲ ਆਫ ਅਸ ਪਰ ਇਹਦੇ ਵਿੱਚ ਰੀਜ਼ਨ ਕੀ ਹੈ ਵੀ ਅਸੀਂ ਆਪਣੇ ਰਿਪ੍ਰੈਜੈਂਟੇਟਿਵ ਨੂੰ ਚੁਣਿਆ ਹੋਇਆ ਅਤੇ ਉਹ ਮਤਲਬ ਸਥਿਤੀ ਹੈ ਜਿਹੜੀ ਹੈ ਵੀ ਉਹਨਾਂ ਨੂੰ ਲੱਗਦਾ ਮਤਲਬ ਸਾਨੂੰ ਲੱਗਦਾ ਵੀ ਹੱਥੋਂ ਨਿਕਲਦੀ ਜਾਂਦੀ ਪਈ ਆ ਅਤੇ ਉਹ ਅੱਗੇ ਵੀ ਕਿਸੇ ਨੂੰ ਹੋਰ ਨਹੀਂ ਉਹ ਦੱਸ ਸਕਦੇ ਜਾਂ ਉਹਨਾਂ ਤੋਂ ਹੀ ਹੈਲਪ ਲੈ ਲੈਣ ਜਾਂ ਕੀ ਗੈਪ ਕਿੱਥੇ ਹੈ ਗੈਪ ਇੱਥੇ ਹੈ ਕਿ ਸਾਡੇ 'ਚ ਕਮੀ ਹੈ ਜਿਹੜੇ ਰੈਜ਼ੀਡੈਂਟਸ ਟੈਕਸ ਪੇਅਰ ਦਾ ਹੁਣ ਇਲੈਕਸ਼ਨਾਂ ਦਾ ਸੀਜ਼ਨ ਸ਼ੁਰੂ ਹੋਣ ਲੱਗਿਆ ਚਾਹੇ ਫੈਡਰਲ ਦੀਆਂ ਵੀ ਰੌਲਾ ਪੈ ਰਿਹਾ ਕੁਛ ਸ਼ਾਇਦ ਨਵੇਂ ਸਮੇਂ 'ਚ ਕੋਈ ਕਹਿ ਨਹੀਂ ਸਕਦਾ ਕੀ ਬਣਨਾ ਪਰ ਪ੍ਰੋਵਿੰਸ਼ਲ ਦਾ ਤਿਆਰੀ ਸ਼ੁਰੂ ਹੋਊਗੀ 2 ਸਾਲ ਪਹਿਲਾਂ ਹੁਣ ਉਹ ਨੋਮੀਨੇਸ਼ਨ ਹੋਏਗੀ ਹੁਣ ਉਹ ਕੈਂਡੀਡੇਟ ਬਾਹਰ ਗਏ ਜਿਹੜੇ ਪਿਛਲੀ ਟਰਮ ਦੇ ਵਿੱਚ ਹਾਰੇ ਸੀ ਉਹ ਕਿੱਥੇ ਸੀ 2 ਸਾਲ ਜਦੋਂ ਇਹ ਜਿਹੜੇ ਐਕਸੀਡੈਂਟ ਹੋ ਰਹੇ ਹੈ ਜਦੋਂ ਉੱਥੇ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਪਬਲਿਕ ਜਾਂ ਕਹਿ ਲਓ ਪੈਂਡੈਮਿਕ ਦਾ ਇਸ਼ੂ ਸੀ ਉਦੋਂ ਲੋਕਾਂ ਦੀ ਕਚਹਿਰੀ 'ਚ ਕਿੱਥੇ ਸੀਗੇ ਪਰ ਸਾਡੀ ਗਲਤੀ ਹੈ ਨਾ ਹੁਣ ਅਸੀਂ ਵਾਹਵਾ ਹੱਲਾਸ਼ੇਰੀ ਦੇ ਕੇ ਉਹਨਾਂ ਨੂੰ ਵੋਟਾਂ ਪਾਵਾਂਗੇ ਉਹਨਾਂ ਨੂੰ ਜਿਤਾ ਕੇ ਫਿਰ ਕੁਰਸੀ 'ਤੇ ਬਿਠਾਵਾਂਗੇ ਫਿਰ ਕੋਸਾਂਗੇ 4 ਸਾਲ ਫਿਰ ਉਹ ਜੇ ਜਿੱਤ ਗਏ ਫਿਰ ਬੈਠਣਗੇ ਦੂਜਿਆਂ ਨੂੰ ਕੋਸਣੇ ਸ਼ੁਰੂ ਕਰ ਦਾਂਗੇ ਫਿਰ ਅਲਟੀਮੇਟਲੀ ਇਹ ਸਾਈਕਲ ਕਿਤੇ ਨਾ ਕਿਤੇ ਜਾ ਕੇ ਟੈਕਸ ਪੇਅਰਸ ਨੂੰ ਕੈਨੇਡੀਅਨਸ ਨੂੰ ਖਤਮ ਕਰਨਾ ਪੈਣਾ ਇਹ ਕਿਸੇ ਹੋਰ ਨੇ ਬਾਹਰੋਂ ਨਹੀਂ ਆਉਣਾ ਵੀ ਨੀਡ ਟੂ ਬੀ ਅਵੇਅਰ ਸਾਨੂੰ ਇਹ ਪਤਾ ਕਰਨ ਦੀ ਲੋੜ ਹੈ ਵੀ ਕਿਹੜੇ ਲੋਕ ਨੇ ਜਿਹੜੇ ਸਾਡੇ ਕਚਹਿਰੀ 'ਚ 24/7 ਨੇ ਕਿਹੜੇ ਸਾਡੇ ਇਸ਼ੂਜ਼ ਹਾਈਲਾਈਟ ਕਰਦੇ ਨੇ ਅੱਛਾ ਦੂਜੀ ਗੱਲ ਜੇ ਅਸੀਂ ਕਰਦੇ ਹਾਂ ਤਾਂ ਸੋਸ਼ਲ ਮੀਡੀਆ 'ਚ ਸਾਡੇ ਮਗਰ ਟ੍ਰੋਲ ਆਰਮੀ ਲਾ ਦਿੱਤੀ ਜਾਂਦੀ ਹੈ ਹੁਣ ਮੈਂ ਪੁਆਇੰਟ ਆਊਟ ਨਹੀਂ ਕਰਾਂਗਾ ਜਿਹੜੇ ਲਾਉਂਦੇ ਨੇ ਉਹਨਾਂ ਨੂੰ ਪਤਾ ਸਾਡੇ ਮਗਰ ਉਹ ਇਸ਼ੂ ਨੂੰ ਡਾਈਵਰਟ ਕਰਨਾ ਸਬਜੈਕਟ ਮੈਟਰ ਤੋਂ ਥਿੜਕਣਾ
ਉਹਨਾਂ ਨੂੰ ਕਿਹਾ ਜਾਂਦਾ ਬਕਾਇਦਾ ਮੈਸੇਜਸ ਕੀਤੇ ਜਾਂਦੇ ਫੋਨ ਕੀਤੇ ਜਾਂਦੇ ਨੇ ਕੌਣ ਕਰਦੇ ਨੇ ਬੜੇ ਪਾਵਰਫੁਲ ਬੰਦੇ ਨੇ ਵੀ ਤੁਸੀਂ ਜੋਤਬਿੰਦਰ ਸੋਢੀ ਨੂੰ ਕਿਹੋ ਕੀ ਗੁਨਾਹ ਕੀਤਾ ਜੋਤਬਿੰਦਰ ਸੋਢੀ ਨੇ ਇਹੀ ਗੁਨਾਹ ਕੀਤਾ ਕਿ ਤੁਹਾਡੇ ਇਸ਼ੂ ਜਿਹੜੇ ਲੋਕਾਂ ਦੇ ਮਸਲੇ ਨੇ ਅਸੀਂ ਹਾਈਲਾਈਟ ਕੀਤਾ ਸਾਨੂੰ ਨਾ ਤੁਸੀਂ ਤਨਖਾਹ ਦਿੰਦੇ ਹੋ ਮੈਂ ਆਪਣੇ ਕੰਮ ਜਾਣਾ ਤੁਹਾਡੇ ਤਨਖਾਹ ਲੈਣਾ ਤੁਸੀਂ ਤੁਹਾਨੂੰ ਤੁਹਾਡੇ ਕੋਲ ਇੱਕ ਇੱਕ ਕੌਂਸਲਰ ਕੋਲ ਦੋ ਸਟਾਫ ਮੈਂਬਰ ਮੇਅਰ ਕੋਲ 8-9 ਅਤੇ ਜਿਹੜਾ ਐਮ ਪੀ ਪੀ ਹੈ ਜਾਂ ਐਮ ਪੀ ਹੈ ਉਹਨਾਂ ਕੋਲ 5 ਨੇ ਸਟਾਫ ਮੈਂਬਰ ਤੁਸੀਂ ਖੁਦ ਇਸ ਇੱਥੋਂ ਵੋਟਾਂ ਲੈਂਦੇ ਹੋ ਲੋਕਾਂ ਦੇ ਹੱਥ ਬੰਨ ਕੇ ਦਰਵਾਜ਼ਿਆਂ 'ਚ ਜਾਂਦੇ ਹੋ ਉਦੋਂ ਤੁਹਾਨੂੰ ਨਹੀਂ ਯਾਦ ਹੁੰਦਾ ਕਿ ਮਸਲੇ ਕੀ ਨੇ ਕਿਉਂ ਤੁਸੀਂ ਜਿੱਤਣ ਤੋਂ ਬਾਅਦ ਭੁੱਲ ਜਾਂਦੇ ਹੋ ਮਸਲੇ ਨੂੰ ਕਿਉਂ ਨਹੀਂ ਉਹਨਾਂ ਨੂੰ ਹੱਲ ਕਰਦੇ ਇਹ ਸਾਰੇ ਸਵਾਲ ਸਾਡੇ ਵਾਸਤੇ ਨੇ ਕਿਉਂਕਿ ਅਸੀਂ ਰਿਪੀਟਡਲੀ ਚਾਹੇ ਸਾਡੇ ਇਲਾਕੇ ਦਾ ਆ ਗਿਆ ਇਹ ਸਾਡਾ ਪੰਜਾਬੀ ਹੈ ਸਾਡਾ ਗੈਰ ਪੰਜਾਬੀ ਹੈ ਚੰਗਾ ਨਹੀਂ ਹੈ ਮਾੜਾ ਨਹੀਂ ਵੀ ਡੋਂਟ ਇਲੈਕਟ ਦ ਪੀਪਲ ਹੂ ਡਿਜ਼ਰਵ ਟੂ ਰਿਪ੍ਰੈਜ਼ੈਂਟ ਅਸ ਬਿਲਕੁਲ ਸਹੀ ਕਹਿ ਰਹੇ ਜੀ ਤੁਸੀਂ ਸੋ ਇਲੈਕਸ਼ਨ ਦੇ ਵੇਲੇ ਸਿਰਫ ਇਹੀ ਨਾ ਦੇਖਿਆ ਕਰੋ ਵੀ ਇਹ ਸਾਡੀ ਕਮਿਊਨਿਟੀ ਦਾ ਆ ਜਾਂ ਸਾਡਾ ਭੈਣ ਭਰਾ ਆ ਆਈ ਹੋਪ ਕਿ ਲੋਕਾਂ ਨੂੰ ਹੁਣ ਤੱਕ ਤਾਂ ਇਹ ਚੀਜ਼ ਸਮਝ ਆ ਹੀ ਜਾਣੀ ਚਾਹੀਦੀ ਆ ਕਿ ਜਿਹੜਾ ਐਕਚੁਅਲ ਲੱਗਦਾ ਆ ਵੀ ਸਾਡੇ ਵਾਸਤੇ ਕੰਮ ਕਰੂਗਾ ਔਰ ਕਰ ਰਿਹਾ ਆ ਔਰ ਸਾਡੇ ਲਈ ਕੰਸਰਨ ਰੱਖਦਾ ਆ ਉਹੀ ਇੱਕ ਲਾਈਕ ਉਹੀ ਉਮੀਦਵਾਰ ਆ ਜਿਹਦੇ ਵਾਸਤੇ ਜਿਹਨੂੰ ਸਪੋਰਟ ਕਰਨੀ ਚਾਹੀਦੀ ਆ ਰਾਦਰ ਦੈਨ ਕਿ ਤੁਸੀਂ ਭਾਈ ਭਤੀਜਾਵਾਂ ਤੋਂ ਉੱਪਰ ਉੱਠ ਕੇ ਰਾਈਟ ਕਿਉਂਕਿ ਇਹ ਸਾਡਾ ਕੰਟਰੀ ਆ ਅਸੀਂ ਇਹਨੂੰ ਬਚਾਉਣਾ ਆ ਅਸੀਂ ਇਹਨੂੰ ਬਣਾਉਣਾ ਆ ਰਾਈਟ ਜੇ ਉਹੀ ਵੀ ਸਾਡੀ ਜਿਹੜੀ ਸੋਰੀ ਜੇ ਮੇਰੇ ਵਰਡ ਥੋੜ੍ਹੇ ਹਾਰਡ ਲੱਗਣ ਅਤੇ ਜੇ ਉਹੀ ਵਾਲੀ ਪੋਲੀਟਿਕਸ ਅਸੀਂ ਇੱਥੇ ਲੈ ਆਉਣੀ ਆ ਤਾਂ ਫਿਰ ਸਾਡਾ ਫਾਇਦਾ ਕੀ ਹੋਇਆ ਇੱਥੇ ਆਉਣ ਦਾ ਰਾਈਟ ਇੱਕ ਇੱਕ ਕਹਾਵਤ ਹੈ ਜੀ ਬੈਡ ਪੋਲੀਟੀਸ਼ੀਅਨਸ ਆਰ ਨਾਟ ਇਲੈਕਟਡ ਆਰ ਇਲੈਕਟਡ ਬਾਏ ਗੁੱਡ ਪੀਪਲ ਹੂ ਡੋਂਟ ਕਮ ਆਊਟ ਐਂਡ ਵੋਟ ਚੰਗੇ ਬੰਦੇ ਵੋਟ ਚੰਗੇ ਬੰਦੇ ਨੂੰ ਪਾਉਂਦੇ ਨਹੀਂ ਆ ਕੇ ਉਹ ਚੰਗਾ ਵਾਪਿਆ ਆਪਾਂ ਨੂੰ ਕੀ ਲੈਣਾ ਕਿਉਂਕਿ ਜਦੋਂ ਲੋੜ ਆ ਤਾਂ ਤੁਹਾਨੂੰ ਫੋਨ 'ਤੇ ਬੰਦਾ ਅਵੇਲੇਬਲ ਆ ਤੁਸੀਂ ਤਾਂ ਕੰਮ ਕਰਾ ਲੈਣਾ ਪਰ ਜਦੋਂ ਉਹ ਬੰਦਾ ਇਲੈਕਸ਼ਨ ਲੜਦਾ ਹੈ ਉਦੋਂ ਤੁਸੀਂ ਕਿੱਥੇ ਹੁੰਦੇ ਯੂ ਸ਼ੁੱਡ ਬੀ ਸਪੋਰਟਿੰਗ ਦੋਜ਼ ਪੀਪਲ ਹੂ ਆਰ ਆਲਵੇਜ਼ ਦੇਅਰ ਤੁਸੀਂ ਦੇਖੋ ਨਾ ਰਿਕਾਰਡ ਤਾਂ ਦੇਖੋ ਨਾ ਜਿਹੜੇ ਤੁਸੀਂ ਐਮ ਪੀ ਪੀ ਪਿਛਲੀ ਵਾਰੀ ਐਮ ਪੀਜ਼ ਹਾਰੇ ਨੇ ਉਹ ਇਹ ਪਿਛਲੇ ਦੋ ਸਾਲ ਹੋ ਗਏ ਦੋਨੋਂ ਇਲੈਕਸ਼ਨ ਆਲਮੋਸਟ ਹੋਈਆਂ ਤੁਸੀਂ ਦੱਸੋ ਵੀ ਨਾ ਦੋ ਸਾਲਾਂ 'ਚ ਕਿਸੇ ਦਿਨ ਕਿਸੇ ਨੇ ਇੱਕ ਬੰਦਾ ਮੈਨੂੰ ਨਾਮ ਲੈ ਕੇ ਕੋਈ ਟੀ ਵੀ 'ਤੇ ਆ ਕੇ ਕਹਿ ਦੇਵੇ ਵੀ ਹਾਂ ਮੈਂ ਪਬਲਿਕ ਡੋਮੇਨ 'ਤੇ ਪਬਲਿਕ ਦੇ ਕੌਜ਼ ਦੇ ਵਿੱਚ ਕੰਮ ਕੀਤਾ ਮੈਂ ਹਾਰ ਗਿਆ ਸੀ ਪਰ ਕੋਈ ਗੱਲ ਨਹੀਂ ਮੈਂ ਲੋਕਾਂ ਦੀ ਕਚਹਿਰੀ 'ਚ ਖੜਾ ਰਿਹਾ ਕਿਉਂਕਿ ਮੈਂ ਲੋਕਾਂ ਦੀ ਸੇਵਾ ਕਰਨੀ ਸੀਗੀ ਵਰਡ ਹੈ ਆਈ ਵਾਂਟ ਟੂ ਸਰਵ ਦ ਕਮਿਊਨਿਟੀ ਆਈ ਵਾਂਟ ਟੂ ਸਰਵ ਦ ਕੰਸਟੀਚੁਐਂਟਸ ਵੇਅਰ ਵਰ ਦੇ ਹੁਣ ਇਲੈਕਸ਼ਨ ਆ ਗਈ ਹੁਣ ਹਰ ਇੱਕ ਬੰਦਾ ਬਾਹਰ ਚੜ੍ਹਾ ਕੇ ਆ ਰਿਹਾ ਵੀ ਮੈਂ ਇਲੈਕਸ਼ਨ ਲੜਨੀ ਦੈਨ ਵੀ ਗੋਨਾ ਇਲੈਕਟ ਦੋਸ ਪੀਪਲ ਦੈਨ ਵੀ ਗੋਨਾ ਰਿਗਰੈਟ ਸੋ ਸਾਨੇ ਨਾਟ ਓਨਲੀ ਅਸ ਅਸੀਂ ਸਾਡੀ ਦਰਦੀ ਲੰਘੀ ਲੰਘ ਜੂਗੀ ਸਾਡੇ ਜਿਹੜੇ ਬੱਚੇ ਨੇ ਉਹਨਾਂ ਦਾ ਫਿਊਚਰ ਕਿੱਥੇ ਜਾਏਗਾ ਯਾ ਬਿਲਕੁਲ ਜੀ ਆਪਣਾ ਜਿਹੜਾ ਕੈਂਡੀਡੇਟ ਆ ਚੂਜ਼ ਵਾਈਜ਼ਲੀ ਸੋ ਦੈਟ ਕਿ ਉਹ ਤੁਹਾਡੇ ਵਾਸਤੇ ਕੰਮ ਕਰੇ ਅਤੇ ਜਿਹੜੇ ਸਾਡੇ ਅਸੀਂ ਸਾਡੀ ਸਾਡੇ ਕਮਿਊਨਿਟੀ ਦੇ ਮੁੱਦੇ ਨੇ ਜਿਹਨਾਂ 'ਚ ਕਿ ਸੇਫਟੀ ਬਹੁਤ ਜ਼ਿਆਦਾ ਸਭ ਪ੍ਰਾਇਓਰਿਟੀ ਆ ਅਤੇ ਆਉਂਦਾ ਆ ਉਸ ਨੂੰ ਕੰਸਰਨ ਹੋਵੇ ਅਤੇ ਜੋਤਵਿੰਦਰ ਜੀ ਇੱਕ ਨਵਾਂ ਮਸਲਾ ਜਿਹੜਾ ਅੱਜ ਕੱਲ੍ਹ ਬ੍ਰੈਂਪਟਨ ਦੇ ਵਿੱਚ ਦੇਖਣ ਨੂੰ ਆ ਰਿਹਾ ਆ ਅਫੋਰਡੇਬਿਲਿਟੀ ਕਿ ਲੋਕਾਂ ਨੂੰ ਘਰ ਨੇ ਜਿਹੜੇ ਮੈਂ ਸਪੈਸ਼ਲੀ ਰੈਂਟ ਦੀ ਗੱਲ ਕਰਦੀ ਪਈ ਹਾਂ ਉਹ ਇੰਨੇ ਜ਼ਿਆਦਾ ਵੱਧ ਗਏ ਨੇ ਕਿ ਕਾਫੀ ਲੋਕਾਂ ਨੂੰ ਪਰੇਸ਼ਾਨੀਆਂ ਆ ਰਹੀਆਂ ਨੇ ਜਿਹੜੇ ਕਿ ਇੱਥੇ ਟੈਲੈਂਟਸ ਆ ਰਹੇ ਨੇ ਜਾਂ ਨਵੇਂ ਸਟੂਡੈਂਟਸ ਆ ਰਹੇ ਨੇ ਤੁਹਾਡਾ ਇਹਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਵਿੱਚ ਬਿਲਕੁਲ ਜੀ ਤੁਸੀਂ ਬਹੁਤ ਵੈਲਿਡ ਕਿਉਂਕਿ ਪ੍ਰੋਪਰਟੀ ਜਿਹੜਾ ਰੈਂਟ ਹੈ ਨਾ ਪ੍ਰੋਪਰਟੀ ਦੀ ਵੈਲਿਊਏਸ਼ਨਸ ਹੈ ਪ੍ਰੋਪਰਟੀਆਂ ਆਪਾਂ ਦੇਖ ਰਹੇ ਹਾਂ ਵੀ ਪੈਂਡਮਿਕ ਦੇ ਵਿੱਚ ਮਲਟੀਪਲ ਤੁਸੀਂ ਮੇਨ ਫੀਲਡ ਤੋਂ ਕ੍ਰੋਸ ਕਰ ਲਓ ਜੰਗਲੀ ਜੰਗਲ ਪਿਆ ਬਹੁਤ ਜਗ੍ਹਾ ਪਈ ਹੈ ਸਰਕਾਰ ਕੋਲ ਬੜੀ ਡਿਵੈਲਪ ਹੋਣੀ ਹੈ ਪਰ ਇਟਸ ਕਾਇੰਡ ਆਫ ਇਜ਼ ਇਟ ਲੁਕਸ ਲਾਈਕ ਇਟਸ ਕ੍ਰੀਏਟਡ ਅ ਬਬਲ ਕਾਇੰਡ ਆਫ ਕਿ ਵੀ ਲੋਕਾਂ ਨੂੰ ਹਾਈਪ ਕ੍ਰੀਏਟ ਕਰਕੇ ਵੇਚੇ ਜਾ ਰਹੇ ਹਨ ਬਟ ਹੈਵਿੰਗ ਸੈਡ ਦੈਟ ਹੁਣ ਉਹਨੂੰ ਕੰਪਨਸੇਟ ਕਰਕੇ ਜਿਹੜੇ ਨਿਊ ਕੈਨੇਡੀਅਨਸ ਆ ਰਹੇ ਹਨ ਚਾਹੇ ਉਹ ਨਿਊ ਇਮੀਗ੍ਰੈਂਟਸ ਹੈ ਚਾਹੇ ਆਪਣੇ ਸਟੂਡੈਂਟ ਬੱਚੇ ਨੇ ਚਾਹੇ ਕੋਈ ਲੋਕ ਨੇ ਪਹਿਲੀ ਗੱਲ ਤਾਂ ਜਿਹੜੇ ਸਟੂਡੈਂਟ ਉਹਨਾਂ ਨੂੰ ਫਸਟ ਈਅਰ ਜਿਹੜਾ ਉਹ ਜਿਹੜੀ ਯੂਨੀਵਰਸਿਟੀ ਜਾਂ ਕਾਲਜ ਕੋਈ ਵੀ ਐਡਮਿਸ਼ਨ ਦਿੰਦਾ ਉਹਨਾਂ ਦੀ ਰਿਸਪੋਂਸੀਬਿਲਟੀ ਹੋਣੀ ਚਾਹੀਦੀ ਹੈ ਸਾਡੀ ਜਿਹੜੀ ਸਰਕਾਰਾਂ ਨੂੰ ਇਹ ਚੀਜ਼ ਇਨਸ਼ੋਰ ਕਰਨੀ ਚਾਹੀਦੀ ਹੈ ਜਿਸ ਸਿਟੀ ਕੋਲ ਰਿਸੋਰਸਿਸ ਦੀ ਕਮੀ ਹੈ ਡਿਊ ਟੂ ਜਿਹੜਾ ਰਿਸੋਰਸਿਸ ਚਾਹੇ ਇੰਟਰਨੈਸ਼ਨਲ ਸਟੂਡੈਂਟ ਜਾਂ ਹੋਰ ਬੱਚੇ ਯੂਜ਼ ਕਰਦੇ ਨੇ ਉਹਨੂੰ ਕੰਪਨਸੇਟ ਕਰਨ ਵਾਸਤੇ ਅਸੀਂ ਫੈਡਰਲ ਕੋਲ ਸਰਕਾਰ ਕੋਲੋਂ ਆਸਕ ਫੋਰ ਕੰਪਨਸੇਸ਼ਨ ਕਿ ਉਹ ਲੈ ਕੇ ਆਏ ਹੋ ਸਾਨੂੰ ਇਨਫਰਾਸਟਰਕਚਰ ਦੇ ਵਿੱਚ ਸਾਨੂੰ ਲਾਇਬ੍ਰੇਰੀ ਜ਼ਿਆਦਾ ਚਾਹੀਦੀ ਹੈ ਸਾਡੀ ਰੋਡ 'ਤੇ ਜਿਹੜਾ ਬੱਸ ਸਰਵਿਸ ਜ਼ਿਆਦਾ ਚਾਹੀਦੀ ਹੈ ਕਿਉਂਕਿ ਸਟੂਡੈਂਟ ਆ ਰਹੇ ਹੈ ਤੁਸੀਂ ਮੈਂਬਰ ਆਫ ਪਾਰਲੀਮੈਂਟ ਨਾਲ ਮੀਟਿੰਗ ਕਰੋ ਓਪਨ ਏਜੰਡੇ 'ਤੇ ਗੱਲ ਕਰੋ ਤੁਸੀਂ ਡਿਕਲੇਅਰ ਕਰੋ ਵੀ ਐਸ ਐਸ ਐਮ ਪੀ ਨੂੰ ਜਾਂ ਐਸ ਐਸ ਐਮ ਪੀ ਪੀਜ਼ ਨਾਲ ਸਾਡੀ ਮੀਟਿੰਗ ਹੋਈ ਆਹ ਸਾਡਾ ਏਜੰਡਾ ਸੀਗਾ ਇਹ ਅਸੀਂ ਇਹਨਾਂ ਨੂੰ ਕਹਿ ਕੇ ਭੇਜਿਆ ਅਤੇ ਦੇ ਵਿਲ ਗੋ ਐਂਡ ਬੈਕ ਟੂ ਦਾ ਜਦੋਂ ਆਪਾਂ ਅਕਾਊਂਟੇਬਿਲਿਟੀ ਬਣਾਵਾਂਗੇ ਸਿਟੀ ਬਣਾਏਗੀ ਐਮ ਪੀ ਪੀ ਦੀ ਜਾਂ
या एम पी की अपने आप अपने मिनिस्टर को जाएंगे फंडिंग लैके आएंगे वो जी चेन टुटती है। दूजी गल जो दूजा पार्ट होंगे कि अफोर्डेबल हाउसिंग वास्ते जे जे लोग क्योंकि प्रॉपर्टी टैक्स भी ज्यादा इंश्योरेंस भी ज्यादा ब्रैम्पटन इंप्लॉयमेंट अपॉर्चुनिटीज उस लैवल दी है नहीं हुण ते जिहड़ियां बेसमेंट्स ने उहनां दी उहनां नूं लीगलाइजेशन भी करती आ गा उहनां दे भी लाइसेंस दे उहनां दीआं भी फीसां ने ते आई थिंक ओह भी इक मेजर होऊगा रीजन तां ही रेंट वधे आ। तुसीं बड़ा वैलिड पॉइंट आ जदों तुसीं बेसमेंट लीगलाइज करवाउणी आ ਪਹਿਲਾਂ ਤੁਸੀਂ ਡਰਾਇੰਗਾਂ ਬਣਾਉਣੀਆਂ ਨੇ ਉਹਨੇ ਪੈਸੇ ਦੋ ਢਾਈ ਹਜ਼ਾਰ ਖਾ ਲੈਣਾ ਫਿਰ ਤੁਹਾਡੀ ਦੋ ਹਜ਼ਾਰ 1500-1200 ਦੇ ਕਰੀਬ ਫੀਸ ਹੈ ਫਿਰ 3-4 ਮਹੀਨੇ ਤੁਸੀਂ ਸਿਟੀ ਦੀ ਪੇਮੈਂਟ ਕਰੋਗੇ ਫਿਰ ਕੰਟਰੈਕਟਰ ਨੇ ਆਉਣਾ ਕੰਟਰੈਕਟਰ ਨੇ ਜਦੋਂ ਕੰਸਟਰਕਸ਼ਨ ਕਰਨੀ ਹੈ ਸਿਟੀ ਦੇ ਇੰਸਪੈਕਟਰਾਂ ਨੇ ਵਾਰ ਵਾਰ ਆ ਕੇ ਤੁਹਾਡੇ ਚੈੱਕ ਕਰਨਾ ਉਹ ਕੀ ਅੱਜ ਇੰਸਪੈਕਟਰ ਆਇਆ ਕੁਛ ਹੋਰ ਕਹਿ ਜਾਂਦਾ ਦੂਜੇ ਹਫ਼ਤੇ ਬਾਅਦ ਕੋਈ ਹੋਰ ਆ ਜਾਂਦਾ ਅੱਜ ਮੈਂ ਬਿਜ਼ੀ ਹਾਂ ਹਫ਼ਤਾ ਭਰ ਜਿਹੜਾ ਕੰਟਰੈਕਟਰ ਹੈ ਕੰਸਟਰਕਸ਼ਨ ਉਹਦਾ ਕੰਮ ਰੁਕਿਆ ਜਦ ਤੱਕ ਉਹ ਪਾਸ ਨਹੀਂ ਕਰਦਾ ਉਹ ਕੇ ਨਹੀਂ ਚੱਲ ਸਕਦਾ ਉਹਨਾਂ ਨੇ ਜਿਹੜੀ ਕਾਸਟ ਸੀ ਉਹ ਕੰਟਰੈਕਟਰ ਨੇ ਆਪਣੀ ਜੇਬ ਤੋਂ ਨਹੀਂ ਦੇਣੀ ਸਿਟੀ ਨੇ ਵੀ ਨਹੀਂ ਦੇਣੀ ਇੰਸਪੈਕਟਰ ਨੇ ਵੀ ਨਹੀਂ ਦੇਣੀ ਉਹ ਕੀ ਤੇ ਪੈ ਰਹੀ ਹੈ ਉਹ ਹੋਮ ਓਨਰ ਤੇ ਪੈ ਰਹੀ ਹੈ ਜਦੋਂ ਤੁਸੀਂ ਉਹਨਾਂ ਦਾ ਜਿਹੜਾ ਪ੍ਰੋਸੀਜਰ ਆ ਅਸੀਂ ਫਿਰ ਮੈਂ ਡੈਲੀਗੇਸ਼ਨ ਸਾਡੇ ਹੋਮ ਓਨਰਸ ਵੈਲਫੇਅਰ ਐਸੋਸੀਏਸ਼ਨ ਨੂੰ ਅਸੀਂ ਟੀਮ ਸਾਰੇ ਜਾਵਾਂਗੇ ਵੀ ਗਨਾ ਡੂ ਦ ਡੈਲੀਗੇਸ਼ਨ ਬੈਕ ਅਗੇਨ ਵੀ ਤੁਸੀਂ ਸਿੰਪਲੀਫਾਈ ਕਰੋ ਇੰਸਪੈਕਸ਼ਨ ਜਿਹੜਾ ਇੰਸਪੈਕਟਰ ਰਾਜ ਆਪਾਂ ਇੰਡੀਆ 'ਚ ਸੁਣਦੇ ਹੁੰਦੇ ਸੀ ਉੱਥੇ ਖਤਮ ਹੁੰਦਾ ਜਾ ਰਿਹਾ ਉਹ ਇੰਸਪੈਕਟਰ ਆਏ ਤੁਸੀਂ ਉਰੇ ਲੈ ਰਹੇ ਪਹਿਲਾ ਇੰਸਪੈਕਟਰ ਹੈਜ਼ ਬੀਨ ਇਨਕਰੀਜ਼ 14 ਹੋਰ ਹਾਇਰ ਕਰ ਲਏ ਸੋ ਮਤਲਬ ਪੈਸੇ ਜੇ ਤੁਸੀਂ ਟੈਕਸ ਫਰੀਜ਼ ਕੀਤਾ ਤਾਂ ਹੁਣ ਤੁਸੀਂ ਇਹ ਜ਼ਰੀਆ ਬਣਾ ਲਿਆ ਵੀ ਲੋਕਾਂ ਨੂੰ ਆਪਾਂ ਪੈਨਲਟੀਆਂ ਪਾ ਪਾ ਕੇ ਕਰਨਾ ਤੁਸੀਂ ਵਰਕ ਵਿਦ ਦ ਕਮਿਊਨਿਟੀ ਜਿਹਨਾਂ ਨੇ ਤੁਹਾਨੂੰ ਜਿੱਤਿਆ ਜਿਤਾ ਕੇ ਭੇਜਿਆ ਉਹਨਾਂ ਨਾਲ ਕੰਮ ਕਰੋ ਅਫੋਰਡੇਬਲ ਹਾਊਸਿੰਗ 'ਚ ਤੁਹਾਡੀ ਹੈਲਪ ਕਰ ਰਹੇ ਹਾਂ ਦੇ ਵਿਲ ਹੈਲਪ ਐਂਡ ਕੰਟਰੀਬਿਊਟ ਮੋਰ ਅਕੋਮੋਡੇਸ਼ਨ ਜਦੋਂ ਅਕੋਮੋਡੇਸ਼ਨ ਬਹੁਤ ਤਾਦ 'ਚ ਹੋ ਜਾਏਗੀ ਬਾਏ ਡਿਫਾਲਟ ਟੈਕਸ ਗਿਰਨਗੇ ਆਪਣਾ ਰੈਂਟ ਗਿਰਨਗੇ ਬਾਏ ਡਿਫਾਲਟ ਗਿਰੇ ਰਾਈਟ ਯਾ ਬਿਲਕੁਲ ਇਹ ਇੱਕ ਵਧੀਆ ਸੀਗਾ ਤੁਹਾਡਾ ਵੀ ਸੁਝਾਅ ਕਿ ਇੱਦਾਂ ਜਿਹੜੇ ਅਫੋਰਡੇਬਿਲਿਟੀ ਆ ਉਹਨੂੰ ਇੱਦਾਂ ਕੰਟਰੋਲ ਕੀਤਾ ਜਾ ਸਕਦਾ ਆ ਕਿਉਂਕਿ ਨੋ ਡਾਊਟ ਜਿਹੜੇ ਜਿਨ੍ਹਾਂ ਨੇ ਜਤਿੰਦਰ ਜੀ ਰੈਂਟ 'ਤੇ ਘਰ ਲੈਣਾ ਨਾ ਆਪਾਂ ਸੋਚ ਸਕਦੇ ਹਾਂ ਵੀ ਉਹ ਜਾਂ ਤਾਂ ਨਿਊ ਇਮੀਗ੍ਰੈਂਟ ਹੋਣਗੇ ਜਿਹੜੇ ਇੱਥੇ ਆਏ ਨੇ ਸਟਰਗਲ ਕਰ ਰਹੇ ਨੇ ਜਾਂ ਸਟੂਡੈਂਟ ਹੋਣਗੇ ਕਿਉਂਕਿ ਜਿਹੜੇ ਆਪਣੇ ਪੁਰਾਣੇ ਸਿਟੀਜ਼ਨ ਨੇ ਉਹਨਾਂ ਉੱਤੇ ਆਪਣੇ ਆਪਣੇ ਘਰ ਲੈ ਕੇ ਬੈਠੇ ਨੇ ਰਾਈਟ ਉਹਨਾਂ ਨੂੰ ਬਹੁਤ ਪ੍ਰੋਬਲਮਸ ਆਉਂਦੀਆਂ ਨੇ ਕਿਉਂਕਿ ਰੈਂਟ ਨੇ ਜਿਹੜੇ ਉਹ ਐਕਚੁਅਲ 'ਚ ਸਸਤੇ ਹੋਣੇ ਚਾਹੀਦੇ ਨੇ ਬਜਾਏ ਇਹਦੇ ਕਿ ਜਿਹੜੇ ਘਰਾਂ ਦੀਆਂ ਇੰਸਟਾਲਮੈਂਟ ਜਾਂਦੀਆਂ ਨੇ ਮੌਣਗੀ ਜਾਂਦੀਆਂ ਨੇ ਉਹਨਾਂ ਨੂੰ ਸਸਤੇ ਹੋਣੇ ਚਾਹੀਦੇ ਨੇ ਤਾਂ ਹੀ ਫਾਇਦਾ ਹੈ ਰਾਈਟ ਅਤੇ ਜਿਹੜਾ ਕਿ ਗ੍ਰਾਫ ਦੂਜੇ ਪਾਸੇ ਨੂੰ ਜਾ ਰਿਹਾ ਹੈ ਸਾਡੇ ਬੱਚਿਆਂ ਨੇ ਘਰ ਲੈਣੇ ਨੇ ਅਲਟੀਮੇਟਲੀ ਦਿਸ ਇਜ਼ ਅ ਸਿਸਟਮ ਅਸੀਂ ਆਏ ਸੀ ਮਾਈਗ੍ਰੇਟ ਕਰਕੇ ਸਾਡੇ ਬੱਚੇ ਉਹਦੇ ਜੰਮੇ ਪੜੇ ਆ ਸੋ ਦੇ ਵਿਲ ਅਲਟੀਮੇਟਲੀ ਮੇਕ ਅ ਹੋਮ ਤੁਸੀਂ ਮੇਕ ਹੋਮ ਜਿਹੜਾ ਵਰਡ ਹੈ ਨਾ ਕੈਨੇਡਾ ਦੇ ਵਿੱਚ ਇੱਕ ਆਪਣੀ ਇੱਕ ਅਟਰੈਕਸ਼ਨ ਸਪੈਸ਼ਲੀ ਸਾਊਥ ਈਸਟ ਏਸ਼ੀਅਨ ਦੀ ਇਹ ਘਰ ਨੂੰ ਅਸੀਂ ਬੜਾ ਕਹਿੰਦੇ ਵੀ ਪਹਿਲੇ ਨੰਬਰ 'ਤੇ ਅਸੀਂ ਪ੍ਰਾਇਰਟੀ ਦਿੰਦੇ ਹਾਂ ਓਵਰ ਅਦਰ ਪ੍ਰਾਇਰਟੀ ਕਈ ਵਾਰੀ ਆਪਾਂ ਆਪਣੇ ਵਿੱਚ ਤੋਂ ਪਹਿਲਾਂ ਹੀ ਜਾਣ ਦੀ ਕੋਸ਼ਿਸ਼ ਕਰਦੇ ਹਾਂ ਜੇ ਛੋਟਾ ਚਾਹੇ ਵੱਡਾ ਚਾਹੇ ਨਾ ਹੁੰਦਾ ਵੀ ਉਹ ਇਸ ਕਰਕੇ ਲੈਂਦੇ ਹਾਂ ਕਿ ਸਾਨੂੰ ਹੁੰਦਾ ਸਾਡਾ ਘਰ ਸਾਡੇ ਬੱਚੇ ਨੇ ਵੀ ਘਰ ਲੈਣਾ ਨਾ ਚਾਹੇ ਉਹ ਇੰਟਰਨੈਸ਼ਨਲ ਸਟੂਡੈਂਟ ਉਹ ਵੀ ਆਪਣੇ ਬੱਚੇ ਨੇ ਕੁਝ ਬਾਪ ਬਗਾਨੇ ਨਹੀਂ ਹੈਗੇ ਆਈ ਆਲਵੇਜ਼ ਸੇ ਦੈਟ ਜਿਹੜੇ ਉਰੇ ਜੰਮੇ ਪਲੇ ਨੇ ਉਹ ਵੀ ਸਾਡੇ ਨੇ ਜਿਹੜੇ ਉਹ ਵੀ ਉਹ ਆਏ ਨੇ ਉਹ ਵੀ ਸਾਡੇ ਨੇ ਸਾਨੂੰ ਗੱਲ ਲਾ ਕੇ ਪਾਟੇ ਆ ਵੀ ਜਿੱਥੇ ਜਿੱਥੇ ਚਾਹੇ ਉਹ ਸਾਡਾ ਲੋਕਲ ਬੋਰਨ ਰੇਸ ਬੱਚਾ ਕੋਈ ਗਲਤੀ ਕਰਦਾ ਚਾਹੇ ਉੱਥੋਂ ਆਇਆ ਕਰਦਾ ਉਹਦੇ ਉੱਤੇ ਥੋੜ੍ਹੀ ਜਿਹੀ ਸਖਤੀ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਗਲਤੀ ਦੇ ਸਾਨੂੰ ਕੋਈ ਨਾ ਕੋਈ ਖਾਮਿਆਜ਼ਾ ਭੁਗਤਣਾ ਪਏਗਾ। ਬਿਲਕੁਲ ਜੋਤਵਿੰਦਰ ਜੀ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਨਾਲ ਬਹੁਤ ਸਹਿਮਤ ਹਾਂ ਅਤੇ ਕਿਉਂਕਿ ਸਾਡੇ ਕੋਲ ਟਾਈਮ ਦੀ ਥੋੜ੍ਹੀ ਜਿਹੀ ਸ਼ਾਰਟੇਜ ਆ ਪ੍ਰੋਗਰਾਮ ਨੂੰ ਥੋੜ੍ਹਾ ਵਾਇੰਡ ਅਪ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੇ ਤੁਸੀਂ ਕੁਛ ਤੁਹਾਡਾ ਕੁਛ ਰਹਿ ਗਿਆ ਅੱਜ ਦੇ ਮੁੱਦੇ 'ਚ ਡਿਸਕਸ ਕਰਨ ਵਾਲਾ ਤਾਂ ਪਲੀਜ਼ ਇੱਕ ਵਾਰੀ ਸਾਡੇ ਵਿਊਅਰਸ ਨਾਲ ਛੇਤੀ ਦੇਣੇ ਸ਼ੇਅਰ ਕਰ ਲਓ। ਨਹੀਂ ਪਹਿਲਾਂ ਤਾਂ ਮੇਰਾ ਤੁਹਾਡਾ ਸ਼ੁਕਰੀਆ ਟੀ ਵੀ ਪ੍ਰੋਗਰਾਮ ਦਾ ਸ਼ੁਕਰੀਆ ਸਾਨੂੰ ਸਰੋਤਿਆਂ ਦੇ ਰੂਬਰੂ ਇਹ ਜਿਹੜੀ ਡਿਸਕਸ਼ਨ ਹੈ ਇਟ ਗਿਵਸ ਸਮ ਪੀਪਲ ਇਨ ਇਨਫੋਰਮੇਸ਼ਨ ਕਿਤੇ ਨਾ ਕਿਤੇ ਤੁਸੀਂ ਜਿਹੜੇ ਸੁਣ ਰਹੇ ਹੋ ਉਹ ਵੀ ਆਵਾਜ਼ ਚੱਕੋ ਜਿਹੜੀ ਸੇਫਟੀ ਹੈ ਸਾਡੇ ਘਰੇ ਛੋਟੇ ਛੋਟੇ ਬੱਚੇ ਹੁੰਦੇ ਨੇ ਸਾਡੇ ਪੇਰੈਂਟਸ ਹੁੰਦੇ ਨੇ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ 'ਤੇ ਹਾਂ ਉਸ ਦੌਰਾਨ ਅਸੀਂ ਆਪਣੇ ਆਪ ਨੂੰ ਸੇਫ ਨਹੀਂ ਮਹਿਸੂਸ ਕਰਦੇ ਕਿ ਘਰ 'ਚ ਸਾਡੇ ਬਜ਼ੁਰਗ ਮਾਤਾ ਹੈ ਜਾਂ ਫਾਦਰ ਹੈ ਕੋਈ ਆ ਕੇ ਦੰਦਾ ਤੋੜ ਕੇ ਉਹਨਾਂ ਨੂੰ ਨੁਕਸਾਨ ਕਰ ਸਕਦੇ। ਮੈਂ ਪਿਛਲੇ ਸਾਲ ਵੀ ਹੋਇਆ ਇੱਦਾਂ ਹੀ ਸਾਡੇ ਛੋਟੇ ਬੱਚੇ ਨੇ ਰਾਈਟ ਉਹ ਇਕੱਲੇ ਨੇ ਇਹ ਜਿਹੜੀ ਸਾਡੀ ਚਾਹੇ ਉਹ ਮਹਿਸੂਸ ਸਰਕਾਰ ਹੈ ਚਾਹੇ ਪ੍ਰੋਵਿੰਸ਼ਲ ਚਾਹੇ ਫੈਡਰਲ ਹੈ ਸਾਰਿਆਂ ਨੂੰ ਕੋਲਾਬਰੇਟਿਵਲੀ ਕੰਮ ਕਰਨ ਦੀ ਜ਼ਰੂਰਤ ਹੈ ਅਸੀਂ ਇਕੱਲਾ ਗੈਪ ਨਹੀਂ ਦੱਸਦੇ ਤੁਹਾਨੂੰ ਅਸੀਂ ਸੁਜੈਸ਼ਨਸ ਵੀ ਦਿੰਦੇ ਹਾਂ ਅਤੇ ਜੇ ਸੁਣੋਗੇ ਤੁਸੀਂ
ਜੇ ਤੁਸੀਂ ਸਾਡੇ ਤੋਂ ਸੁਜੈਸ਼ਨ ਲੈਣੀ ਹੈ ਵੀ ਆਰ ਆਲਵੇਜ਼ ਦੇਅਰ ਔਰ ਤੁਸੀਂ ਪਬਲਿਕ ਤੋਂ ਓਪਨ ਸੁਜੈਸ਼ਨ ਲਓ ਕ੍ਰੈਡਿਟ ਵੀ ਜਿਹੜੀ ਗੱਲ ਹੈ ਸਾਨੂੰ ਨਾ ਦਿਓ ਕੰਮ ਕਰਦੇ ਹੋ ਲੋਕਾਂ ਦੇ ਤੁਸੀਂ ਕ੍ਰੈਡਿਟ ਕੋਈ ਆਪਣਾ ਨੋਮੀਨੇਟ ਤੁਸੀਂ ਤੁਹਾਡਾ ਕੋਈ ਬੰਦੇ ਹੈਗੇ ਆ ਜਿਹੜੀ ਟਰੋਲ ਆਰਮੀ 'ਚ ਹੈ ਉਹਨਾਂ ਦੇ ਹਾਰ ਪਵਾ ਦਿਆ ਕਰੋ ਲੋਕਾਂ ਦੇ ਕੰਮ ਜ਼ਰੂਰ ਕਰੋ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਬਿਲਕੁਲ ਜਤਵਿੰਦਰ ਜੀ ਤੁਹਾਡਾ ਸੁਝਾਅ ਬਿਲਕੁਲ ਸਹੀ ਹੈ ਕਿ ਫਾਈਨਲੀ ਜਿਹੜਾ ਹੈਗਾ ਕਿ ਲੋਕਾਂ ਨੂੰ ਦੀਆਂ ਪ੍ਰੋਬਲਮਸ ਦਾ ਹੱਲ ਹੋਣਾ ਚਾਹੀਦਾ ਆ ਜੇ ਅਕਾਊਂਟ ਲਾਈਕ ਕ੍ਰੈਡੀਬਿਲਟੀ ਕੋਈ ਵੀ ਲੈ ਜਾਵੇ ਡਸ ਨਾਟ ਮੈਟਰ ਯੈਸ ਪਰ ਓਵਰਆਲ ਜਿਹੜਾ ਹੈਗਾ ਵੀ ਸਾਡੀਆਂ ਸੇਫਟੀ ਹੈ ਜਿਹੜੀ ਸਾਡੀ ਉਹ ਜ਼ਰੂਰ ਉਹਨੂੰ ਮੇਕ ਸ਼ੋਰ ਕੀਤਾ ਜਾਵੇ ਕਿਉਂਕਿ ਓਬਵੀਅਸਲੀ ਅਸੀਂ ਸਾਰਾ ਦਿਨ ਜੇ ਕੰਮਾਂ ਕਾਰਾਂ 'ਤੇ ਰਹਿੰਦੇ ਹਾਂ ਅਤੇ ਸਾਡਾ ਜਿਹੜੀ ਕੱਲ੍ਹ ਹੁਣ ਕਾਰ ਚੱਕੀ ਹੈ ਜੀ ਉਹ ਇੱਕ ਫੀਮੇਲ ਹੀ ਸੀਗੀ ਜਿਹੜੀ ਕਿ ਡਰਾਈਵ 'ਚ ਲਾਈਕ ਘਰੋਂ ਹੀ ਕਾਰ ਚੱਕ ਕੇ ਲੈ ਗਏ ਜਸਟ ਅਨਬਿਲੀਵੇਬਲ ਇੱਦਾਂ ਦੀ ਲਾਈਕ ਉਹਨੂੰ ਜਿੱਦਾਂ ਕਿ ਬਾਅਦ ਵਿੱਚ ਉਹਨੂੰ ਫਿਜ਼ੀਕਲੀ ਉਹਨੂੰ ਕੁੱਟਮਾਰ ਵੀ ਕੀਤੀ ਉਹਨੂੰ ਸੁੱਟਿਆ ਉਹ ਤਾਂ ਲਾਈਕ ਬਿਲਕੁਲ ਕੁਛ ਨੁਕਸਾਨ ਹੋ ਜਾਵੇ ਪਰ ਨਾਈਫ ਸੀ ਉਹਨਾਂ ਦੇ ਹੱਥ ਵਿੱਚ ਬਿਲਕੁਲ ਵੀਡੀਓ 'ਚ ਇਹ ਦੇਖਿਆ ਹੈਗਾ ਕਿ ਉਹਦੇ ਹੱਥ 'ਚ ਨਾਈਫ ਸੀਗਾ ਸੋ ਬਹੁਤ ਜ਼ਿਆਦਾ ਕਹਿ ਲਓ ਕਿ ਦਿਲ ਕੰਬਾਣੀ ਘਟਨਾ ਸੀਗੀ ਜਿਹਨੇ ਕਿ ਸਾਰਿਆਂ ਨੂੰ ਹੀ ਇੱਕ ਵਾਰੀ ਤਾਂ ਜੋੜ ਕੇ ਰੱਖ ਦਿੱਤਾ ਹੈ ਐਂਡ ਵੀ ਹੋਪ ਕਿ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਉਹ ਜਿੱਦਾਂ ਕਿ ਜੋਤਿੰਦਰ ਨੇ ਕਿਹਾ ਕਿ ਕੁਲੈਕਟਿਵਲੀ ਕੰਮ ਕਰਨਗੀਆਂ ਰਿਗਾਰਡਲੈਸ ਕਿ ਇਹ ਉਹਨਾਂ ਦੀ ਜ਼ਿੰਮੇਵਾਰੀ ਹੈ ਇਹ ਉਹਨਾਂ ਦੀ ਜ਼ਿੰਮੇਵਾਰੀ ਹੈ ਅਲਟੀਮੇਟਲੀ ਇਹ ਸਾਡੇ ਸਿਟੀਜ਼ਨ ਲਈ ਹੈਗਾ ਆ ਸੋ ਉਹ ਆਪਣੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਸਾਡੀ ਉਸ ਸੇਫਟੀ ਅਤੇ ਸਾਨੂੰ ਸੁਰੱਖਿਆ ਜ਼ਰੂਰ ਪ੍ਰੋਵਾਈਡ ਕਰਨਗੇ ਸੋ ਜੋਤਵਿੰਦਰ ਜੀ ਤੁਹਾਡਾ ਸਟੂਡੀਓ 'ਚ ਆਉਣ ਲਈ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੁੱਦੇ ਸਾਡੇ ਅੱਗੇ ਰੱਖਦੇ ਹੋ ਅਤੇ ਸਿਰਫ ਰੱਖਦੇ ਹੀ ਨਹੀਂ ਤੁਸੀਂ ਸੁਝਾਅ ਵੀ ਦਿੰਦੇ ਹੋ ਕਿ ਇਹਨਾਂ ਨੂੰ ਕਿੱਦਾਂ ਅਸੀਂ ਓਵਰਕਮ ਕਰ ਸਕਦੇ ਹਾਂ ਸੋ ਵੰਸ ਅਗੇਨ ਥੈਂਕ ਯੂ ਸੋ ਮੱਚ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਸੋ ਵਿਊਅਰਸ ਆਈ ਹੋਪ ਕਿ ਤੁਹਾਨੂੰ ਅੱਜ ਦੀ ਡਿਸਕਸ਼ਨ ਜ਼ਰੂਰ ਪਸੰਦ ਆਈ ਜਾਏ ਆਈ ਹੋਏਗੀ ਬਿਕੋਜ਼ ਅਸੀਂ ਸਾਰੇ ਇਸ ਚੀਜ਼ ਨਾਲ ਕੰਸਰਨ ਹਾਂ ਅਤੇ ਜੇ ਇਸ ਪ੍ਰੋਗਰਾਮ ਦੇ ਲਈ ਤੁਹਾਡੇ ਕੋਈ ਸੁਝਾਅ ਨੇ ਜਾਂ ਤੁਹਾਡੇ ਕੋਈ ਵਿਚਾਰ ਨੇ ਡੂ ਕਾਲ ਮੀ 6477807722 ਤੁਸੀਂ ਬੌਬ ਦਸਾਂਝ ਜੀ ਨੂੰ ਵੀ ਕਾਲ ਕਰ ਸਕਦੇ ਹੋ 416-417-7777 ਐਂਡ ਤੁਸੀਂ ਸਾਡੇ ਫੇਸਬੁੱਕ ਚੈਨਲ ਅਤੇ ਸਾਡੇ ਯੂਟਿਊਬ ਚੈਨਲ 'ਤੇ ਜਾ ਕੇ ਵੀ ਆਪਣੇ ਕਮੈਂਟਸ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਜੇ ਤੁਸੀਂ ਸਾਡੇ ਇਸ ਪ੍ਰੋਗਰਾਮ ਦਾ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਜਾਂ ਇੱਥੇ ਐਜ਼ ਆ ਗੈਸਟ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੈਨੂੰ ਜਾਂ ਬੌਬ ਦਸਾਂਝ ਜੀ ਨੂੰ ਕਾਲ ਕਰ ਸਕਦੇ ਹੋ ਹੁਣ ਤੁਸੀਂ ਮੈਨੂੰ ਅਤੇ ਜੋਤਵਿੰਦਰ ਜੀ ਨੂੰ ਦੋ ਇਜਾਜ਼ਤ ਤੁਸੀਂ ਆਪਣਾ ਅਤੇ ਆਪਣੇ ਪਰਿਵਾਰ ਦਾ ਰੱਖੋ ਖਿਆਲ ਸਤਿ ਸ਼੍ਰੀ ਅਕਾਲ